ਆਪਾਂ ਢਿੱਲੇ ਜੇ ਪੈ ਜਾਂਦੇ ਤਾਂ ਹੀ ਤਾਂ ਕਾਂਗਰਸ ਹਣ ਕੇ ਲੈ ਜਾਂਦੀ ਆਪਾਂ ਐਵੇਂ ਦੇ ਰਹੀਨੇ ਮੁੜ ਕੇ ਉਹਨਾਂ ਨੂੰ ਕੋਖਦੇ ਰਹੀਨੇ 5 ਸਾਲ ਵੀਰੋ ਜਿਹੜੀ ਧਰਤੀ 'ਤੇ ਬੈਠੇ ਹੋ ਅੱਠ ਗੁਰੂ ਸਾਹਿਬਾਨਾਂ ਨੇ ਇੱਥੇ ਸਾਡੀ ਮਨੁੱਖਤਾ ਵਾਸਤੇ ਗੁਲਾਮੀ ਵਾਸਤੇ ਜ਼ੰਜੀਰਾਂ ਨੂੰ ਤੋੜਨ ਵਾਸਤੇ ਇਨਸਾਫ ਵਾਸਤੇ ਗੁਰੂ ਸਾਹਿਬਾਂ ਨੂੰ ਆਉਣਾ ਪਿਆ ਇਸ ਧਰਤੀ ਹੈ ਪਵਿੱਤਰ ਧਰਤੀ ਜਿੱਥੇ ਤੁਸੀਂ ਬੈਠੇ ਅੱਜ ਗੁਰੂ ਸਾਹਿਬ ਦਾ ਗੁਰਗੱਦੀ ਦਿਵਸ ਵੀ ਮਨਾ ਰਹੇ ਹਾਂ ਆਪਾਂ ਉਹਦੇ ਆਪਾਂ ਵਾਰਸ ਹਾਂ ਇਸ ਕਰਕੇ ਜਦੋਂ ਆਪਾਂ ਢਿੱਲੇ ਪੈ ਜਾਂਦੇ ਠੱਗੇ ਜਾਂਦੇ ਹਾਂ ਫਿਰ ਆਪਾਂ ਪਛਤਾਉਂਦੇ ਹਾਂ ਬਹੁਤ ਵੱਡੀ ਠੱਗੀ ਮਾਰੀ ਕਾਂਗਰਸ ਨੇ ਸਾਡੇ ਨਾਲ ਮੈਂ ਅੱਗੇ ਹੀ ਪਿੱਛੇ ਇੱਕ ਦਿਨ ਸਾਡਾ ਜਨਾਲੇ ਧਰਨਾ ਸੀ ਮਜੀਠੀਆ ਸਾਹਿਬ ਉੱਥੇ ਸਨ ਸਾਰੇ ਲੀਡਰ ਵੀ ਸੀ ਅਤੇ ਮੈਂ ਕਿਹਾ ਕਿ ਜਿਹੜੇ ਮੇਰੇ ਤੋਂ ਵੱਡੀ ਉਮਰ ਦੇ ਜਾਂ ਮੇਰੀ ਉਮਰ ਦੇ ਨੇ ਇਹਨਾਂ ਨੂੰ ਪਤਾ ਕਿ ਜਿਹੜੇ ਚੋਰ ਸੀ ਉਹ ਅਰਦਾਸਾਂ ਕਰਦੇ ਹੁੰਦੇ ਸੀ ਕਿ 15 ਦਿਨ ਨੇ ਰਵੇ ਅਤੇ 15 ਦਿਨ ਚਾਨਣ ਰਵੇ ਉਹਨਾਂ ਚੋਰੀ ਕਰਨੀ ਹੁੰਦੀ ਚੋਰੀ ਕਰਨ ਦਾ ਵੀ ਕੋਈ ਢੰਗ ਤਰੀਕਾ ਹੁੰਦਾ ਸੀ ਉਹ ਉਹਨਾਂ ਦਾ ਸਟੈਂਡਰਡ ਹੁੰਦਾ ਸੀ ਅਤੇ ਉਹ 15 ਦਿਨ ਫਿਰ ਚੋਰੀ ਜਦੋਂ ਕਰਦੇ ਸੀ ਆਹ ਕਾਂਗਰਸ ਦੇ ਆਪਾਂ ਨੂੰ ਦਿਨੇ ਚਿੱਟੇ ਦਿਨ ਲੁੱਟਿਆ ਚਿੱਟੇ ਦਿਨ ਅਤੇ ਸਾਡਾ ਲੀਡਰ ਬਾਦਲ ਸਾਹਿਬ ਸਾਹ ਸੁਖਬੀਰ ਸਿੰਘ ਬਾਦਲ ਜਿਹੜੇ ਸਾਡੇ ਸਾਹਮਣੇ ਬੈਠੇ ਇਹਨਾਂ ਨੇ ਬੜਾ ਢੰਡੋਰਾ ਵੀ ਦਿੱਤਾ ਬੜਾ ਬਿਆਨ ਵੀ ਮੀਡੀਆ ਰਾਹੀਂ ਦਿੱਤਾ ਵੀ ਲੋਕੋ ਕਿਤੇ ਲੁੱਟਿਓ ਨਾ ਜਾਏ ਕੋਈ ਕਰਜ਼ਾ ਨਹੀਂ ਕਿਸੇ ਦਾ ਮਾਫ ਹੋਣਾ ਕਿ ਕਿਸਾਨ ਵੀਰ ਦਾ ਜੋ ਹੁੰਦਾ ਤਾਂ ਇਹੀ ਕਰ ਦੇਣਾ ਸੀ ਕਿਸੇ ਨੇ ਨੌਕਰੀ ਨਹੀਂ ਦੇਣੀ ਜਿੰਨਾ ਵੱਧ ਤੋਂ ਵੱਧ ਨੌਕਰੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੱਖਾਂ ਦੇ ਹਿਸਾਬ ਨਾਲ ਜਿੰਨੀਆਂ ਦੇ ਸਕਦੇ ਉਹ ਦਿੱਤੀਆਂ ਸੀ ਅਜੇ ਹੋਰ ਦੇਣੀਆਂ ਸੀ ਆਹ ਚੋਣਾਂ ਤੋਂ ਬਾਅਦ ਇਹ ਵੀ ਕਿਹਾ ਜੀਠੀਆ ਸਾਹਿਬ ਨੇ ਕਿਹਾ ਸਾਰੇ ਲੀਡਰ ਸਾਹਿਬਾਨਾਂ ਨੇ ਕਿਹਾ ਪਰ ਆਪਾਂ ਫਿਰ ਠੱਗੇ ਗਏ ਫਿਰ ਉਹਨਾਂ ਦੇ ਲਾਰਿਆਂ 'ਚ ਆ ਕੇ ਕੋਈ ਆਪਾਂ ਨੂੰ ਬਦੋ ਬਦੀ ਤਾਂ ਕਿਸੇ ਨੇ ਆਣ ਕੇ ਕਿਹਾ ਹੀ ਨਹੀਂ ਇਸ ਕਰਕੇ ਵੀਰੋ ਇਸ ਕਰਕੇ ਆਪਾਂ ਜਦੋਂ ਵੇਸਲੇ ਹੋ ਜਾਂਦੇ ਹਾਂ ਆਹ 29 ਸੂਬੇ ਆ ਹਿੰਦੁਸਤਾਨ ਦੇ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਤੁਹਾਡੇ ਸਾਹਮਣੇ ਬੈਠੇ ਸਾਰੀ ਉਮਰ ਪਹਿਲਾਂ ਬਾਦਲ ਸਾਹਿਬ ਜਦੋਂ ਜੱਦੀ ਕਰਦੇ ਆ ਰਹੇ ਪੰਜਾਬ ਬਾਰੇ ਅਤੇ ਪੰਜਾਬ ਨੂੰ ਦੁਨੀਆ ਦੇ ਨਕਸ਼ੇ 'ਤੇ ਲੈ ਕੇ ਜਾਣ ਦਾ ਸੁਪਨਾ ਹੀ ਬਾਦਲ ਸਾਹਿਬ ਦਾ ਸਾਹ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਸਾਰਿਆਂ ਦਾ ਅਤੇ ਕਿਨਾਰੇ 'ਤੇ ਲੈਣ ਦਾ ਹੀ ਧਾਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਔਰ ਸਾਰਾ 10-15% ਜਿਹੜਾ ਵਿਕਾਸ ਜਿਹੜਾ ਸੀ ਸੂਬੇ ਦਾ ਰਹਿ ਚੱਲਿਆ ਕਿਨਾਰੇ 'ਤੇ ਲੈਣ ਦੀ ਗੱਡੀ ਧਾਕੇ ਬੜੀਆਂ ਬੜੀਆਂ ਸਕੀਮਾਂ ਔਰ 11,000 ਕਰੋੜ ਰੁਪਈਆ ਸੈਂਟਰ ਤੋਂ ਕੋਈ 33,000 ਕਰੋੜ ਕੋਈ 30,000 ਕਰੋੜ ਕੋਈ ਇੱਕੋ ਹੀ ਸੁਪਨਾ ਲੈ ਕੇ ਚੱਲੇ ਸੀ ਸਾਡੇ ਪ੍ਰਧਾਨ ਸਾਹਿਬ ਵੀ ਪੰਜਾਬ ਜਿਹੜਾ ਇਹਨਾਂ ਨੇ ਮਾਰਾਂ ਵੀ ਪੰਜਾਬੀਆਂ ਨੇ ਬਹੁਤ ਖਾਧੀਆਂ ਜਦੋਂ ਵੰਡ ਹੋਈ ਉਦੋਂ ਵੀ ਪਈਆਂ ਮੁਗਲਾਂ ਵੇਲੇ ਵੀ ਪਈਆਂ ਹੋਰ ਵੀ ਸਾਰਿਆਂ ਦੀ ਨਿਗਾਹ ਪੰਜਾਬ 'ਤੇ ਰਹੀ ਹੈ ਲੰਮਾ ਚੌੜਾ ਇਤਿਹਾਸ ਇਹਦਾ ਅਤੇ ਮੈਨੂੰ ਦੁਨੀਆ ਦੇ ਨਕਸ਼ੇ 'ਤੇ ਲਿਆ ਕੇ ਟੌਪ 'ਤੇ ਖੜਨਾ ਜਿਹੜਾ ਵੀਰੋ ਕਿਨਾਰੇ 'ਤੇ ਲੈਣ ਦਾ ਧੱਕ ਧੁੱਕ ਕੇ ਉਹਨਾਂ ਨੇ ਸਾਰਾ ਅਤੇ ਕਿਨਾਰੇ ਦੇਖ ਲੈ ਕੇ ਫਿਰ ਆਪਾਂ ਵਿਛੜੇ ਹੋ ਗਏ ਬੜਾ ਸਾਰਿਆਂ ਨੇ ਇਹ ਗੱਲ ਕਹੀ ਕਿ ਪੰਜਾਬੀਓ ਇਹਨਾਂ ਦੀ ਮਾਰ ਨਾ ਖਾ ਜਾਓ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਪੰਜਾਬ ਦੀ ਮਾਂ ਪਾਰਟੀ ਹੈ ਇਹਦਾ ਜਨਮ ਪੰਜਾਬ ਦੀ ਧਰਤੀ ਤੋਂ ਆਇਆ ਹੈ ਪਵਿੱਤਰ ਧਰਤੀ ਤੋਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਤੋਂ ਕਦੀ ਸੋਚਿਆ ਨਹੀਂ ਆਪਾਂ ਬਾਕੀ ਗੱਲਾਂ ਸਰਕਾਰ ਦੀਆਂ ਦੇ ਪ੍ਰਧਾਨ ਸਾਹਿਬ ਕਰਨਗੇ ਇਹਦਾ ਜਨਮ ਕਦੀ ਸੋਚਿਆ ਨਹੀਂ ਆਪਾਂ ਜਾਗਿਆ ਨਹੀਂ ਆਪਾਂ ਜਾਗੇ ਨਹੀਂ ਇਹਦਾ ਜਨਮ ਗੁਰੂ ਸਾਹਿਬਾਂ ਜਿੱਥੇ ਚਰਨ ਛੋਹ ਪ੍ਰਾਪਤ ਦਸਾਂ ਗੁਰੂਆਂ ਦੇ ਅਕਾਲੀ ਦਲ ਦਾ ਜਨਮ ਉੱਥੋਂ ਵੀਰੋ ਸ਼ੁਰੂ ਹੋਇਆ ਔਰ ਕਿਸੇ ਪਾਰਟੀ ਦਾ ਨਹੀਂ ਕਿਸੇ ਬਾਹਰੋਂ ਪਾਰਟੀਆਂ ਦਾ ਜਨਮ ਸ਼ੁਰੂ ਹੋਇਆ ਕੋਈ ਦਿੱਲੀ ਦੀ ਪਾਰਟੀ ਆ ਕੋਈ ਕਿਤਿਓਂ ਦੀ ਪਾਰਟੀ ਆ ਕੋਈ ਕਿਤਿਓਂ ਦੀ ਪਾਰਟੀ ਅਤੇ ਜਿੰਨਾ ਹਮਦਰਦ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਹਮਦਰਦੀ ਆ ਪੰਜਾਬੀਆਂ ਨਾਲ ਜਾਂ ਪੰਥ ਨਾਲ ਜਦੋਂ ਇੱਥੇ ਉਹਨਾਂ ਨੂੰ ਕੱਢਣਾ ਪਿਆ ਸੀ ਮਹੰਤਾਂ ਨੂੰ ਗੁਰੋ ਅਕਾਲੀ ਦਲ ਹੀ ਤੁਹਾਨੂੰ ਸਾਹਮਣੇ ਨੂੰ ਤੁਹਾਡੇ ਬਜ਼ੁਰਗ ਸ਼ਹੀਦ ਹੋਏ ਦਾਦੇ ਪੜਦਾਦੇ ਸ਼ਹੀਦ ਹੋਏ ਜਾ ਕੇ ਨਨਕਾਣਾ ਸਾਹਿਬ ਔਰ ਹੋਰ ਤਾਂ ਬਾਹਰਲੇ ਦਿੱਲੀ ਵਾਲੇ ਤਾਂ ਨਹੀਂ ਆਏ ਜਾਂ ਹੋਰ ਦੂਜੇ ਲੋਕ ਤਾਂ ਨਹੀਂ ਆਏ ਜਿਹੜੇ ਅੱਜ ਪਾਰਟੀਆਂ ਬਣਾ ਕੇ ਸਾਡੇ ਸਿਰਾਂ 'ਤੇ ਬੈਠ ਗਏ ਹਨ ਆਪਾਂ ਉਹਨਾਂ ਤੋਂ ਵਿਸਲੇ ਹੋ ਰਹੇ ਉਹਨਾਂ ਨੇ ਤਾਂ ਨਹੀਂ ਕਦੀ ਕਿਹਾ ਕਿ ਪੰਜਾਬ ਦਾ ਪੜਾ ਹੋਇਆ ਅਤੇ ਪੰਜਾਬ ਨੂੰ ਅੱਜ ਵੀ ਅੱਗ ਲਾਉਣੀ ਚਾਹੁੰਦੇ ਆ ਅੱਜ ਵੀ ਤੁਹਾਨੂੰ ਮੈਂ ਦੱਸਦਿਆਂ
ਅੱਜ ਵੀ ਸਾਡੇ ਵੈਰੀ ਹੋ ਕੇ ਬੈਠੇ ਨੇ, ਭਾਵੇਂ ਉਹ ਆਮ ਪਾਰਟੀ ਦੇ, ਭਾਵੇਂ ਉਹ ਕਾਂਗਰਸ ਪਾਰਟੀ ਦੇ, ਭਾਵੇਂ ਕੋਈ ਪਾਰਟੀ। ਅੱਜ ਵੀ ਕਹਿੰਦੇ ਕਿ ਪੰਥ ਨੂੰ ਇਹਨੂੰ ਜਿਤਨਾ ਵੀ ਢਾਹ ਲਾਈ ਜਾਵੇ ਵੀਰੋ ਤੁਸੀਂ ਪੰਥ ਦੇ ਰਖਵਾਲੇ ਹੋ, ਵਾਰਸ ਹੋ, ਇਸ ਕਰਕੇ ਮਾਝੇ ਦੇ ਜਰਨੈਲੇ ਹੋ ਅਤੇ ਮਾਝੇ ਦੇ ਬਹੁਤ ਵੱਡੀਆਂ ਕੁਰਬਾਨੀਆਂ ਜਿੰਨੀਆਂ ਲੜਾਈਆਂ ਹੋਈਆਂ, ਭਾਵੇਂ ਦੂਜੇ ਵੀ ਆਏ ਪਰ ਇੱਥੋਂ ਵੱਧ ਤੋਂ ਵੱਧ ਸਾਰੇ ਨੇ ਅੱਗੇ ਹੋ ਕੇ ਲੜਾਈਆਂ ਲੜੀਆਂ ਆਪਣੇ ਬਜ਼ੁਰਗਾਂ ਨੇ। ਇਸ ਕਰਕੇ ਅਣਖੀ ਆ ਮਾਝੇ ਦੇ ਜਰਨੈਲ, ਪਰ ਵੀਰੋ ਇੱਕਦਮ ਠੱਗੀ ਖਾ ਗਏ। ਆਪਾਂ ਇਹ ਮੰਨੀਏ ਕਿ ਨਾ ਮੰਨੀਏ ਉਹ ਗੱਲ ਵੱਖਰੀ ਆ, ਥੋੜ੍ਹਾ ਸੋਚਿਓ ਜਾਂਦੇ ਜਾਣ ਲੱਗਿਆ ਵੀ ਠੱਗੀ ਵੱਜੀ ਸਾਡੇ ਨਾਲ ਕਿ ਨਹੀਂ। ਸਾਨੂੰ ਜਗਾਇਆ ਸੀ ਪ੍ਰਧਾਨ ਸਾਹਿਬ ਨੇ, ਵੱਡੇ ਬਾਦਲ ਸਾਹਿਬ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕਿ ਜਾਗ ਜਾਓ, ਆਪਾਂ ਬਾਅਦ 'ਚ ਕਹਿ ਦਿੰਦੇ, ਮੁੜ ਕੇ ਪਛਤਾਵਾ ਸ਼ੁਰੂ ਹੋ ਜਾਂਦਾ। ਇਸ ਕਰਕੇ ਵੀਰੋ ਮੈਂ ਲੰਮਾ ਨਾ ਜਾਵਾਂ, ਪ੍ਰਧਾਨ ਸਾਹਿਬ ਨੇ ਬੋਲਣਾ, ਅੱਜ ਮਜੀਠੇ ਸਾਹਿਬ ਨੇ, ਬ੍ਰਹਮਪੁਰਾ ਸਾਹਿਬ ਨੇ, ਮੇਰੀ ਇਹ ਤੁਹਾਨੂੰ ਬੇਨਤੀ ਕਿ ਤੁਸੀਂ ਮਾਝੇ ਦੇ ਜਰਨੈਲ ਆੜੀ ਸੀਟ ਆ, ਚਲੋ ਦੂਜੀਆਂ 'ਤੇ ਤਰ ਲਈਏ ਆ, ਜਿੱਥੇ ਗੁਰੂਆਂ ਨੇ ਦਸ ਅੱਠ ਗੁਰੂ ਸਾਹਿਬ ਇੱਥੇ ਆਏ, ਇੱਥੋਂ ਕਾਂਗਰਸ ਜਿੱਤ ਜਾਵੇ ਯਾਰ, ਉਹ ਸਾਡੇ ਵਾਸਤੇ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ, ਮਾੜੀ ਹੋ ਸਕਦੀ। ਜਿਹੜੀ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਅਟੈਕ ਕੀਤਾ ਹੋਵੇ, ਜਿਨ੍ਹਾਂ ਹਰਿਮੰਦਰ ਸਾਹਿਬ 'ਤੇ ਅਟੈਕ ਕੀਤਾ ਹੋਵੇ, ਉਹ ਪਾਰਟੀ ਇੱਥੋਂ ਜਿੱਤ ਜਾਵੇ ਅਤੇ ਇਹ ਤੋਂ ਵੱਡੀ ਹੋਰ ਗੱਲ ਕੀ ਬਣ ਸਕਦੀ। ਇਸ ਕਰਕੇ ਮੇਰੀ ਤੁਹਾਨੂੰ ਹੱਥ ਜੋੜ ਕੇ ਦੋਨੋਂ ਬੇਨਤੀ ਕਿ ਸਾਡੇ ਵਰਗਿਆਂ 'ਚ ਵੀ ਕਮੀਆਂ ਹੋ ਸਕਦੀਆਂ, ਪਰ ਪੰਥ ਨੂੰ ਦੇਖਣਾ, ਪਾਰਟੀ ਨੂੰ ਦੇਖਣਾ, ਲੀਡਰ ਨੂੰ ਦੇਖਣਾ, ਜਿਹੜੇ ਲੀਡਰ ਦਾ ਸੁਪਨਾ ਕਿ ਪੰਥ ਵੀ ਚੜ੍ਹਦੀ ਕਲਾ 'ਚ, ਪਾਰਟੀ ਵੀ ਚੜ੍ਹਦੀ ਕਲਾ 'ਚ, ਅਤੇ ਪੰਜਾਬ ਦਾ ਵਿਕਾਸ ਦੁਨੀਆ ਦੇ ਨਕਸ਼ੇ ਦੇ ਉੱਤੇ ਆਵੇ, ਉਹ ਸੁਪਨਾ ਲੈ ਕੇ ਸਾਰ ਸੁਖਬੀਰ ਸਿੰਘ ਬਾਦਲ ਸਾਹਿਬ ਬੈਠੇ। ਸਰਦਾਰ ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ, ਸਰਦਾਰ ਬਿਕਰਮ ਸਿੰਘ ਮਜੀਠੀਆ ਜ਼ਿੰਦਾਬਾਦ। ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਿ ਅੱਜ ਤੁਸੀਂ ਜਿੱਡੀ ਵੱਡੀ ਗਿਣਤੀ 'ਚ ਆਇਓ, ਜੋ ਅੱਜ ਜਿੰਨੇ ਮਨ ਬਣਾ ਲਓ ਵੀ ਪੰਥ ਦੀ ਰਿਖਵਾਸੀ ਕਰਨੀ ਆ, ਪੰਥ ਦੀ ਵੀ, ਪਾਰਟੀ ਦੀ ਅਤੇ ਆਪਣੀ ਵੀ ਅਤੇ ਪੰਜਾਬ ਦੀ ਵੀ, ਇਸ ਪਵਿੱਤਰ ਧਰਤੀ ਦੀ ਵੀ, ਅਤੇ ਮੇਰਾ ਹਾਲ ਦੁਨੀਆ ਦੀ ਤਾਕਤ ਕੋਈ ਨਹੀਂ ਆਪਾਂ ਨੂੰ, ਦੂਜੀਆਂ ਪਾਰਟੀਆਂ ਸਾਡੇ ਲਾਗੇ ਲੱਗ ਜਾਣ। ਇਸ ਲਈ ਮੇਰੀ ਬੇਨਤੀ ਆ ਕਿ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਿਆ ਕਰੀਏ, ਗੁਰੂ ਸਾਹਿਬਾਂ ਨੂੰ ਯਾਦ ਕਰੀਏ ਜੋ ਗੁਰੂ ਸਾਨੂੰ ਮਿਸ਼ਨ ਦੇ ਕੇ ਗਏ ਨੇ, ਜੋ ਗੁਰੂ ਸਾਹਿਬ ਸਾਨੂੰ ਸਰਬ ਸਾਂਝੀ ਨਾਨਕ ਨਾਮ ਚੜ੍ਹਦੀ ਕਲਾ ਧਰੇ ਭਾਣੇ। ਇੱਕ ਤਾਂ ਆਪਾਂ ਛੋਟੇ ਛੋਟੇ ਦਾਇਰਿਆਂ 'ਚੋਂ ਬਾਹਰ ਨਿਕਲੀਏ, ਸਰਬੱਤ ਦੇ ਭਲੇ ਦੀ ਜਿਹੜੀ ਗੱਲ ਉਹ ਜਦੋਂ ਸਾਡੇ ਮਨ ਦੇ ਵਿੱਚ ਆ ਗਈ ਅਤੇ ਪੰਥ ਨੂੰ ਫਿਰ ਦੁਨੀਆ ਸਲਾਮ ਜਿਹੜੀ ਆ ਨਾ, ਵਰਲਡ ਸਲਾਮ ਜਿਹੜਾ ਉਹ ਕਰੂਗਾ, ਪਾਰਟੀ ਸੁਭਣਾ ਸਾਡੇ ਪ੍ਰਧਾਨ ਸਾਹਿਬ ਦਾ, ਬਾਦਲ ਸਾਹਿਬ ਦਾ ਵੀ, ਉਸ ਲੈਵਲ 'ਤੇ ਲੈ ਕੇ ਜਿਹੜੀ ਸੋਚ ਨੂੰ ਅੱਗੇ ਆਪਾਂ ਸਾਰੇ ਉਹਦੇ ਫਾਲੇ ਜਾਣਾ। ਇਸ ਲਈ ਮੈਂ ਬ੍ਰਹਮਪੁਰਾ ਸਾਹਿਬ ਦਾ ਧੰਨਵਾਦ ਕਰਦਾ, ਵਧਾਈ ਦਿੰਦਾ ਕਿ ਜਿਨ੍ਹਾਂ ਨੇ ਸਾਰਾ ਪ੍ਰਬੰਧ ਕਰਕੇ ਦਰਸ਼ਨ ਕਰਾਏ ਅਤੇ ਜਦੋਂ ਆਣ ਸਾਣ ਆਵੇ ਫਿਰ ਖੜ੍ਹੇ ਹੋ ਗਏ। ਇਹ ਲੜਾਈ ਨੂੰ ਵੀ ਲੜਨਾ, ਮੈਂ ਹੋਰ ਸਾਰੇ ਜਿੰਨੇ ਵੀ ਇੱਥੇ ਵੀਰ ਆਏ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਮੇਰੀ ਬੇਨਤੀ ਕਿ ਗੁਰੂ ਨੂੰ ਸਮਰਪਿਤ ਹੋ ਜਾਓ, ਹੁਣ ਉੱਧਰ ਆਦਰ ਵੇਖਣਾ ਛੱਡ ਦੇ, ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕੇ ਸਾਡਾ ਸਾਰਿਆਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।